ਮੈਂ ਸਾਡਾ ਪੰਜਾਬ ਚੈਨਲ ਦੇਖ ਰਿਹਾ ਸਭ ਦੋਸਤਾਂ ਨੂੰ ਅਸਲਾਮ ਅਲੈਕੁਮ ਸਾਡੇ ਚੈਨਲ ਦਾ ਸਭ ਦੋਸਤਾਂ ਨੂੰ ਈਦ ਮੁਬਾਰਕ ਅੱਜ ਈਦ ਉਲ ਫਿਤਰ ਦਾ ਦਿਨ ਹੈ ਇਹ ਦੇਖੋ ਸਾਹਮਣੇ ਬੱਚੇ ਸੈਰ ਕਰ ਰਹੇ ਨੇ ਊਂਠ ਤੇ ਅੱਜ ਇਸ ਤਰ੍ਹਾਂ ਲੈ ਕੇ ਜਾ ਰਹੇ ਇੱਕ ਐਸੀ ਜਗ੍ਹਾ 'ਤੇ ਜਿਹਨੂੰ ਵੇਖ ਕੇ ਤੁਹਾਨੂੰ ਆਪਣਾ ਬਚਪਨ ਜ਼ਰੂਰ ਯਾਦ ਆ ਜਾਏਗਾ ਈਦ ਦੇ ਦਿਨਾਂ 'ਚ ਇਸ ਜਗ੍ਹਾ ਹਰ ਬੱਚੇ ਦੀ ਖਾਸ ਜਗ੍ਹਾ ਹੁੰਦੀ ਸੀ ਈਦੀ ਲੈ ਕੇ ਅਤੇ ਇਸ ਜਗ੍ਹਾ 'ਤੇ ਪਹੁੰਚਣਾ ਉਹਦਾ ਫੌਰੀ ਕੰਮ ਹੁੰਦਾ ਸੀ ਇਹ ਤੁਸੀਂ ਵੇਖ ਰਹੇ ਸੀ ਇਹ ਜੰਕਸ਼ਨ ਵਾਲੀ ਦਰਬਾਰ ਹੈ ਜੀ ਇੱਥੇ ਈਦ ਦਾ ਮੇਲਾ ਲੱਗਦਾ ਸੀ ਕਿਸੇ ਜ਼ਮਾਨੇ 'ਚ ਬਹੁਤ ਵੱਡਾ ਮੇਲਾ ਹੁੰਦਾ ਸੀ ਲੇਕਿਨ ਹੁਣ ਵਕਤ ਦੇ ਨਾਲ ਬਹੁਤ ਥੋੜ੍ਹੇ ਕੰਮ ਬੱਚੇ ਰਹਿ ਗਏ ਨੇ ਜਿਹਨਾਂ ਦੇ ਇੱਥੇ ਆਉਂਦੇ ਨੇ ਦੁਕਾਨਾਂ ਵੀ ਬਣੀਆਂ ਥੋੜ੍ਹੀਆਂ ਰਹਿ ਗਈਆਂ ਨੇ ਇਹ ਦੇਖ ਰਹੇ ਤੁਸੀਂ ਇੱਕਾ ਦੁੱਕਾ ਦੁਕਾਨ ਲੱਗੀ ਲੇਕਿਨ ਕਿਸੇ ਜ਼ਮਾਨੇ 'ਚ ਬਹੁਤ ਜ਼ਿਆਦਾ ਰਸ਼ ਵੀ ਹੁੰਦਾ ਸੀ ਅਤੇ ਦੁਕਾਨਾਂ ਵੀ ਬੜੀਆਂ ਜ਼ਿਆਦਾ ਹੁੰਦੀਆਂ ਸੀ ਬੱਚੇ ਖਰੀਦ ਰਹੇ ਨੇ ਬੱਚਿਆਂ ਦੇ ਖਿਡੌਣੇ ਲੱਗੇ ਨੇ ਬੱਚੇ ਵੀ ਖਲੋਤੇ ਨੇ ਬੱਚੇ ਖਰੀਦ ਰਹੇ ਨੇ ਚੀਜ਼ਾਂ ਇਸ ਜਗ੍ਹਾ ਕਿਸੇ ਜ਼ਮਾਨੇ ਬਹੁਤ ਵੱਡਾ ਮੇਲਾ ਲੱਗਦਾ ਸੀ ਈਦ ਦਾ ਮੈਂ ਹਾਂ ਤੁਹਾਨੂੰ ਬਚਪਨ ਦੀ ਯਾਦ ਕਰਵਾਈਏ ਇਸ ਸਾਹਮਣੇ ਬੱਚਿਆਂ ਨੂੰ ਊਂਠ ਦੀ ਸੈਰ ਵੀ ਕਰਵਾਈ ਜਾ ਰਹੀ ਹੈ ਇਹ ਦੇਖੋ ਜੀ ਇਹ ਵੀ ਸਟਾਲ ਲੱਗੀ ਹੈ ਰੇਹੜੀ ਲੱਗੀ ਹੈ ਇਹ ਦੇਖੋ ਜੀ ਬੱਚਿਆਂ ਸੈਰ ਕਰਵਾਈ ਜਾ ਰਹੀ ਊਂਠ ਦੀ ਇਹ ਦੇਖੋ ਜੀ ਸੈਰ ਕਰਕੇ ਆਏ ਨੇ ਬੱਚੇ ਜੀ ਬਹੁਤ ਜ਼ਿਆਦਾ ਰਸ਼ ਹੁੰਦਾ ਸੀ ਇੱਥੇ ਬੱਚਿਆਂ ਦਾ ਅੱਜ ਬਹੁਤ ਘੱਟ ਸਟਾਲ ਲੱਗੇ ਨੇ ਊਂਠ ਦੀ ਸੈਰ ਵਾਲੇ ਵੀ ਕਰਵਾਉਣ ਵਾਲੇ ਵੀ ਆਏ ਨੇ ਇਹ ਦੇਖੋ ਬੱਚੇ ਵੀ ਉੱਥੇ ਬੈਠੇ ਨੇ ਊਂਠ ਕਿਹਾ ਵੀ ਊਂਠ ਹੈ ਲਓ ਜੀ ਸੈਰ ਸ਼ੁਰੂ ਹੋ ਗਈ ਜੀ ਊਂਠ ਦੀ ਪਿਛਲੇ ਜ਼ਮਾਨੇ 'ਚ ਸਾਰੀ ਜਗ੍ਹਾ 'ਤੇ ਦੁਕਾਨਾਂ ਲੱਗੀਆਂ ਹੁੰਦੀਆਂ ਸਨ ਸਟਾਲ ਸਨ ਪਕੌੜਿਆਂ ਦੀਆਂ ਦੁਕਾਨਾਂ ਸਨ ਗੋਲ ਗੱਪੇ ਚਾਟ ਸਾਰਾ ਕੁਝ ਲੱਭਦਾ ਸੀ ਇੱਥੋਂ ਲੇਕਿਨ ਹੁਣ ਤਾਂ ਬਹੁਤ ਘੱਟ ਦੁਕਾਨਾਂ ਰਹਿ ਗਈਆਂ ਨੇ ਚੰਦ ਦੁਕਾਨਾਂ ਲੱਗੀਆਂ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਕਿਹਾ ਚਲੋ ਅੱਜ ਈਦ ਦਾ ਦਿਨ ਹੈ ਅੱਜ ਤੁਹਾਨੂੰ ਜਗ੍ਹਾ ਜ਼ਰੂਰ ਵਿਖਾਈਏ ਤਾਂ ਕਿ ਤੁਹਾਨੂੰ ਕੁਝ ਆਪਣੇ ਬਚਪਨ ਦੀਆਂ ਯਾਦਾਂ ਆ ਜਾਣ ਇਸ ਜਗ੍ਹਾ 'ਤੇ ਈਦ ਦਾ ਮੇਲਾ ਸ਼ਹਿਰ ਦਾ ਬੜਾ ਵੱਡਾ ਮੇਲਾ ਹੁੰਦਾ ਸੀ ਔਰ ਦੂਰ ਦੂਰ ਤੋਂ ਬੱਚੇ ਇਸ ਜਗ੍ਹਾ 'ਤੇ ਆਉਂਦੇ ਸਨ ਜੰਕਸ਼ਨ ਵਾਲੀ ਦਰਬਾਰ ਬਿਲਕੁਲ ਸਾਹਮਣੇ ਜਗ੍ਹਾ 'ਤੇ ਮਤਲਬ ਪਾਕਿਸਤਾਨ 'ਚ ਬੱਚੇ ਅੱਜ ਵੀ ਮੌਜੂਦ ਨੇ ਲੇਕਿਨ ਥੋੜ੍ਹੇ ਅਤੇ ਦੁਕਾਨਾਂ ਵੀ ਬਹੁਤ ਥੋੜ੍ਹੀਆਂ ਇਹ ਦੇਖੋ ਬੱਚੇ ਬਹਿ ਰਹੇ ਨੇ ਸੈਰ ਕਰਨ ਵਾਸਤੇ ਦੇਖੋ ਜੀ ਪਾਸੇ ਹੋ ਗਏ ਮੇਰੇ ਵੀ ਹੋ
ਕਹਿੰਦਾ ਜਾਂਦਾ ਪੰਜਾਬ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੈਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਦਾ ਮੈਸੇਜ ਮਿਲੇ। ਅੱਜ ਅਸੀਂ ਤੁਹਾਨੂੰ ਚੰਗਸ਼ਾਲੀ ਦਰਬਾਰ ਕੋਲ ਲੱਗਣ ਵਾਲੀ ਬੜਾ ਮੇਲਾ ਪੁਰਾਣਾ ਉਹ ਹਾਇਆ ਇਹ ਵੇਖੋ ਜੀ ਊਂਟ ਦੀ ਸਵਾਰੀ ਹੋ ਰਹੀ ਹੈ। ਇਹ ਊਂਟ ਇਹ ਦੇਖੋ ਇਹ ਊਂਟ ਸਵਾਰੀ ਹੋ ਰਹੀ ਬੱਚੇ ਜੀ ਊਂਟ ਦੀ ਸਵਾਰੀ ਹੋ ਰਹੀ ਹੈ, ਬੱਚੇ ਊਂਟ ਦੀ ਸਵਾਰੀ ਕਰ ਰਹੇ ਨੇ। ਕੁਲਫੀ ਵਾਲੇ ਵੀ ਆ ਗਏ ਨੇ, ਇਹ ਵੀ ਆਪਣਾ ਮਾਲ ਲੈ ਕੇ ਆਏ ਨੇ ਜੀ ਵੇਚਣ ਵਾਸਤੇ। ਇਹਨਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਹ ਸਾਰੀ ਜਗ੍ਹਾ 'ਤੇ ਕਿਸੇ ਜ਼ਮਾਨੇ 'ਚ ਬਹੁਤ ਜ਼ਿਆਦਾ ਰਸ਼ ਹੁੰਦਾ ਸੀ। ਲਓ ਜੀ ਇਹ ਊਂਟ ਸਾਹਿਬ ਬਹਿ ਗਏ ਨੇ ਹੁਣ ਥੱਕ ਗਏ। ਇਹ ਦੇਖੋ ਜੀ ਪਾਸੀ ਸ਼ਾਸੀ ਵੀ ਲੈ ਰਹੇ ਨੇ, ਥਕਾਵਟ ਦੂਰ ਕਰ ਰਹੇ ਨੇ ਹੁਣ। ਇਹ ਦੇਖੋ ਜੀ ਹੋਇਆ ਵੀ ਪੂਰਾ ਜੀ, ਵੇਖੋ ਜੀ ਊਂਟ ਨੂੰ ਇਹ ਜੀ ਊਂਟ ਦੀ ਸਜਾਵਟ ਦੀ ਵੇਖੋ ਜ਼ਰਾ ਪੂਰੀ ਕੀਤੀ ਹੈ। ਇੱਕੋ ਊਂਠ ਹੈ, ਇਹ ਸਾਰੀ ਜਗ੍ਹਾ 'ਤੇ ਕਿਸੇ ਜ਼ਮਾਨੇ 'ਚ ਇਹ ਜੰਕਸ਼ਨ ਵਾਲੀ ਦਰਬਾਰ ਦੇ ਨਾਲ ਹੀ ਹੈ ਮਹੱਲਾ ਪਾਕਿਸਤਾਨੀ 'ਚ। ਇੱਧਰ ਹੈ ਪਾਕਿਸਤਾਨੀ ਮਹੱਲਾ ਸਾਰਾ, ਅਤੇ ਇਹ ਅੱਗੇ ਤੁਰ ਜਾਂਦਾ ਸ਼ਿਮਾਲੀ ਗੇਟ ਵੱਲ। ਇਹ ਜਨਾਬ